ਇਹਨਾਂ ਤੋਂ 40 ਫੋਨਾਂ ਦੀ ਬਰਾਮਦਗੀ ਕੀਤੀ ਗਈ ਹੈ ਸਮੇਤ ਗੋਲਡ ਜਵੈਲਰੀ ਜਿਹੜਾ ਇਹਨਾਂ ਨੇ ਸੀ ਡਿਵੀਜ਼ਨ ਦੇ ਏਰੀਆ 'ਚੋਂ ਚੋਰੀ ਕੀਤੀ। ਉਦੋਂ ਦੇ ਇਹਨਾਂ ਨੇ 700 ਤੋਂ 800 ਮੋਬਾਈਲ ਫੋਨਸ ਚੋਰੀ ਕੀਤੇ ਨੇ। ਇਹ 5 ਮੈਂਬਰੀ ਗਿਰੋਹ ਹੈ ਜਿਹੜਾ ਕਿ ਵੱਖ ਵੱਖ ਥਾਣਿਆਂ ਵਿੱਚ ਇਹਨਾਂ ਨੇ ਆਲਰੇਡੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਿੱਥੇ ਪਰਚੇ ਦਰਜ ਨੇ। ਅੰਮ੍ਰਿਤਸਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹੱਥ ਲੱਗੀ ਹੈ ਜੀ। ਤੁਹਾਨੂੰ ਦੱਸਣਾ ਚਾਹਾਂਗੇ ਕਿ ਮੋਬਾਈਲ ਚੋਰ ਫੋਨ ਦਾ ਜਿਹੜਾ ਗਿਰੋਹ ਗ੍ਰਿਫਤਾਰ ਕੀਤਾ ਗਿਆ ਹੈ। ਸਾਡੇ ਨਾਲ ਦਰਪਨ ਸਿੰਘ ਆਲੂਵਾਲੀਆ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਾਂਗੇ। ਪਰ ਮੋਬਾਈਲ ਇੱਕ ਵਾਰੀ ਤੁਹਾਨੂੰ ਦੱਸਣਾ ਚਾਹਾਂਗੇ, 600 ਤੋਂ 700 ਮੋਬਾਈਲ ਜਿਹੜੇ ਬਰਾਮਦ ਕੀਤੇ ਗਏ ਨੇ ਵੱਖ ਵੱਖ ਇਲਾਕਿਆਂ ਦੇ ਵਿੱਚੋਂ ਰਾਤ ਦੇ ਸਮੇਂ ਜਿਹੜੇ ਚੋਰੀ ਕੀਤੇ ਜਾਂਦੇ ਸੀ। ਦੱਸਿਆ ਜਾ ਰਿਹਾ ਹੈ ਕਿ ਕੱਛਾ ਗੈਂਗ ਤੋਂ ਜਿਹੜੇ ਪ੍ਰਭਾਵਿਤ ਹੋ ਕੇ ਇਹ ਨੌਜਵਾਨਾਂ ਨੇ ਚੋਰੀਆਂ ਦਾ ਕੰਮ ਜਿਹੜਾ ਸ਼ੁਰੂ ਕੀਤਾ ਸੀ, ਤਾਂ ਕਾਫੀ ਲੰਬੇ ਸਮੇਂ ਤੋਂ ਇਹ ਜਿਹੜਾ ਚੋਰੀਆਂ ਦੇ ਕੰਮ ਨੂੰ ਅੰਜਾਮ ਦੇ ਰਹੇ ਸਨ। ਵੱਖ ਵੱਖ ਤਰੀਕੇ ਦੇ ਮੋਬਾਈਲ ਘਰਾਂ ਦੇ ਵਿੱਚ ਜਵੈਲਰੀ ਕੈਸ਼ ਸਾਰੇ ਹੀ ਜਿਹੜੇ ਜ਼ਬਤ ਕਰ ਰਹੇ ਸੀ, ਚੋਰੀਆਂ ਕਰ ਰਹੇ ਸਨ। ਤਾਂ ਗੱਲਬਾਤ ਕਰਦੇ ਹਾਂ, ਸਾਡੇ ਨਾਲ ਅਰਪਨ ਸਿੰਘ ਆਲੂਵਾਲੀਆ ਮੌਜੂਦ ਨੇ। ਅਰਪਨ ਸਿੰਘ ਆਲੂਵਾਲੀਆ ਜੀ ਮੌਜੂਦ ਨੇ, ਮੈਮ ਸਭ ਤੋਂ ਪਹਿਲੇ ਦੱਸੋ ਇਹਨਾਂ ਨੂੰ ਗ੍ਰਿਫਤਾਰ ਕਿਸ ਤਰ੍ਹਾਂ ਕੀਤਾ ਗਿਆ ਜਿਹੜੇ ਨੌਜਵਾਨ ਸਨ? ਦੇਖੋ ਜੀ, ਇਹ ਸਾਡਾ ਕੰਟੀਨਿਊਸ ਆਪਰੇਸ਼ਨ ਚੱਲਦਾ ਰਿਹਾ। ਇਸ ਕੇਸ ਦੀ ਸਾਨੂੰ ਪਹਿਲਾਂ ਇੰਟੀਮੇਸ਼ਨ ਮਿਲੀ ਸੀਗੀ 17 ਤੇ 18 ਮਾਰਚ ਦੀ ਦਰਮਿਆਨੀ ਰਾਤ ਨੂੰ, ਜਦ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਉਹ ਤੋਂ ਬਾਅਦ ACP ਸਾਊਥ ਦੀ ਅਗਵਾਈ ਹੇਠ ਥਾਣਾ ਸੁਲਤਾਨਵਿੰਡ ਦੀ ਟੀਮ ਦਾ ਇਹ ਆਪਰੇਸ਼ਨ ਚੱਲਿਆ, ਜਿਹਦੇ ਵਿੱਚ ਇਹਨਾਂ ਨੂੰ ਅੰਮ੍ਰਿਤਸਰ ਦਿਹਾਤੀ ਅਤੇ ਕਮਿਸ਼ਨਰੇਟ ਦੇ ਏਰੀਆ ਤੋਂ ਕਾਬੂ ਕਰਕੇ ਇਹਨਾਂ ਤੋਂ 40 ਫੋਨਾਂ ਦੀ ਬਰਾਮਦਗੀ ਕੀਤੀ ਗਈ ਹੈ ਸਮੇਤ ਗੋਲਡ ਜਵੈਲਰੀ ਜਿਹੜਾ ਇਹਨਾਂ ਨੇ ਸੀ ਡਿਵੀਜ਼ਨ ਦੇ ਏਰੀਆ 'ਚੋਂ ਚੋਰੀ ਕੀਤੀ ਸੀ। ਟੋਟਲ ਕਿੰਨੇ ਮੋਬਾਈਲ ਅਜੇ ਤੱਕ ਇਹਨਾਂ ਕੋਲ ਹੋਏ ਨੇ? ਇਹਨਾਂ ਨੇ ਇਹ ਕਬੂਲਿਆ ਕਿ ਪਿਛਲੇ 1-1.5 ਸਾਲ ਤੋਂ ਜਦੋਂ ਦੀ ਐਕਟਿਵ ਨੇ ਉਦੋਂ ਦੇ ਇਹਨਾਂ ਨੇ 700 ਤੋਂ 800 ਮੋਬਾਈਲ ਫੋਨਸ ਚੋਰੀ ਕੀਤੇ ਨੇ ਅਤੇ ਕੁਝ ਗੋਲਡ ਜਵੈਲਰੀ ਵੀ ਚੋਰੀ ਕੀਤੀ ਹੈ। ਇਹਨਾਂ ਤੋਂ ਅਸੀਂ 40 ਮੋਬਾਈਲ ਫੋਨਸ ਰਿਕਵਰ ਕਰ ਪਾਇਆ। ਟੋਟਲ ਕਿੰਨੇ ਜਣਿਆਂ ਦਾ ਗਿਰੋਹ ਹੈ ਅਤੇ ਕਿਸ ਸਮੇਂ ਕਿਹੜੀ ਕਿਹੜੀ ਜਗ੍ਹਾ ਤੇ ਵਾਰਦਾਤ ਨੂੰ ਅੰਜਾਮ ਦਿੰਦੇ ਸਨ? ਇਹ 5 ਮੈਂਬਰੀ ਗਿਰੋਹ ਹੈ ਜਿਹੜਾ ਕਿ ਵੱਖ ਵੱਖ ਥਾਣਿਆਂ ਵਿੱਚ ਇਹਨਾਂ ਨੇ ਆਲਰੇਡੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਿੱਥੇ ਪਰਚੇ ਦਰਜ ਨੇ, ਜਿਵੇਂ ਕਿ ਮਕਬੂਲਪੁਰਾ, ਸੁਲਤਾਨਵਿੰਡ, ਕਪੂਰਥਲਾ। ਬਟ ਇਹ ਇਸ ਵੇਲੇ ਮੋਸਟਲੀ ਐਕਟਿਵ ਨੇ ਬੀ ਡਿਵੀਜ਼ਨ, ਸੀ ਡਿਵੀਜ਼ਨ ਅਤੇ ਸੁਲਤਾਨਵਿੰਡ ਦੇ ਏਰੀਆਜ਼ ਵਿੱਚ। ਮੈਮ, ਜਦੋਂ ਇਹ ਚੋਰੀ ਕਰਦੇ ਸਨ ਫੋਨ ਵਗੈਰਾ ਇਕੱਠੇ ਕਰਕੇ ਜਿੱਥੇ ਵੇਚਦੇ ਸਨ, ਉਹ ਗਿਰੋਹ ਦਾ ਜਾਂ ਪਤਾ ਲੱਗ ਪਾਇਆ? ਜਾਂ ਜਦੋਂ ਚੋਰੀ ਕਰਦੇ ਸਨ ਕੋਈ ਵੈਪਨ ਵਗੈਰਾ ਯੂਜ਼ ਕਰਦੇ ਹੋਣ? ਜੀ ਨਹੀਂ, ਇਹ ਕੋਈ ਵੈਪਨ ਨਹੀਂ ਇਸਤੇਮਾਲ ਕਰਦੇ ਸੀ ਅਤੇ ਦੂਜਾ ਹੈਗਾ ਵੱਖ ਵੱਖ ਸੈਲਰਸ ਨੂੰ ਅੱਗੇ ਵੇਚ ਦਿੰਦੇ ਸੀ ਸੈਕਿੰਡ ਹੈਂਡ ਫੋਨ। ਤਾਂ ਮੈਮ, ਜਿਸ ਵੇਲੇ ਇਹਨਾਂ ਨੂੰ ਕਾਬੂ ਕੀਤਾ ਗਿਆ, ਕੋਈ ਪਰਸਨਲ ਇਨਫੋਰਮੇਸ਼ਨ ਦੇ ਆਧਾਰ ਤੇ ਕੀਤਾ ਗਿਆ ਕਿ ਚੋਰੀ ਦੇ ਮੌਕੇ ਦੇ? ਨਹੀਂ ਜੀ, ਇਹ ਇਨਫੋਰਮੇਸ਼ਨ ਦੇ ਆਧਾਰ ਤੇ ਕੰਟੀਨਿਊਸ ਆਪਰੇਸ਼ਨ ਜਿਵੇਂ ਮੈਂ ਕਿਹਾ ਉਹ ਚਾਲੂ ਸੀ। ਮੈਮ, ਇੱਕ ਨੌਜਵਾਨ ਦੀ ਲੱਤ ਟੁੱਟੀ ਹੋਈ ਹੈ, ਕਿ ਉਹ ਮੌਕੇ ਤੇ ਟੁੱਟੀ ਹੈ ਜਾਂ ਕਿ ਚੋਰੀ ਕਰਦੇ ਹੋਏ? ਜੀ ਨਹੀਂ, ਮੌਕੇ ਤੇ ਜਦ ਉਹਨੇ ਪੁਲਿਸ ਪਾਰਟੀ ਨੂੰ ਦੇਖਿਆ ਤੇ ਛੱਤ ਤੋਂ ਡਿੱਗ ਕੇ ਉਹਦੇ ਪੈਰ ਦਾ ਫ੍ਰੈਕਚਰ ਹੋ ਗਿਆ। ਮੈਮ, ਇੰਨੇ ਤਕੜੇ, ਬਹੁਤ ਤਕੜਾ ਫਿਗਰ ਹੈ ਮੋਬਾਈਲਸ ਦਾ, ਇਹ ਕਿਸੇ ਇੱਕ ਸਿੰਗਲ ਸਪਲਾਇਰ ਰੱਖਿਆ ਹੋਇਆ ਜਿਨ੍ਹਾਂ ਕੋਲ ਜਮ੍ਹਾਂ ਕਰਵਾਉਂਦੇ ਸਨ, ਕਿ ਇਹਨਾਂ ਕੋਲ ਘਰ 'ਚੋਂ ਬਰਾਮਦ ਹੋਏ ਨੇ ਸਾਰੇ? ਜੀ ਨਹੀਂ, ਕਿ ਜਿਵੇਂ ਮੈਂ ਪਹਿਲਾਂ ਦੱਸਿਆ ਇਹਨਾਂ ਦੇ ਕੋਈ ਸਿੰਗਲ ਅੱਗੇ ਸੈਲਰ ਨਹੀਂ ਸੀ, ਇਹ ਵੱਖ ਵੱਖ ਲੋਕਾਂ ਨੂੰ ਵੇਚਦੇ ਸਨ ਅਤੇ ਇਹ ਸਾਰੇ ਮੋਬਾਈਲ ਫੋਨਸ ਇਹਨਾਂ ਤੋਂ ਹੀ ਬਰਾਮਦ ਹੋਏ ਨੇ। ਤਾਂ ਮੈਮ, ਕਿੰਨੇ ਦਿਨ ਦਾ ਰਿਮਾਂਡ ਇਹਨਾਂ ਦਾ ਜਿਹੜਾ ਹਾਸਲ ਕੀਤਾ ਗਿਆ? ਅਜੇ ਅਸੀਂ ਰਿਮਾਂਡ ਹਾਸਲ ਕਰਨਾ। ਇਹਨਾਂ ਦੇ ਮੋਬਾਈਲ ਫੋਨ ਸਨ ਉਹ ਕਿਤੇ ਕ੍ਰਿਮੀਨਲ ਵੀ ਯੂਜ਼ ਕਰਦੇ ਹੋਣਗੇ, ਕਿਉਂਕਿ ਵੱਖ ਵੱਖ ਜਿਵੇਂ ਫਿਰੌਤੀ ਮੰਗਣ ਲਈ ਜਾਂ ਕਿਸੇ ਨੂੰ ਧਮਕੀ ਵਗੈਰਾ ਦੇਣ? ਦੇਖੋ, ਜਿਹੜੇ ਮੋਬਾਈਲ ਫੋਨਸ ਹੁੰਦੇ ਨੇ ਇਹ ਡਾਇਰੈਕਟਲੀ ਤਾਂ ਇਹ ਹੀ ਹੈ, ਪਰ ਇਹ ਸ਼ਲਾਘਾਯੋਗ ਹੈ ਕਿ ਜਿਵੇਂ ਤੁਸੀਂ ਕਿਹਾ ਇਹਨਾਂ ਨੇ ਪੁਲਿਸ ਪਾਰਟੀ ਨੇ ਕਾਫੀ ਇਨਡਾਇਰੈਕਟ ਕ੍ਰਾਈਮਸ ਤੇ ਵੀ ਪ੍ਰੀਵੈਂਟ ਕੀਤਾ ਹੈ। ਤਾਂ ਇਹ ਸਨ ਸਾਡੇ ਨਾਲ ਦਰਪਨ ਸਿੰਘ ਆਲੂਵਾਲੀਆ, ਜਿਨ੍ਹਾਂ ਨੇ ਦੱਸਿਆ ਕਿ ਜਿਹੜੇ 5 ਗਰੋਹੀ ਮੈਂਬਰ ਸਨ ਜਿਹੜੇ ਰਾਤ ਦੇ ਸਮੇਂ ਵੱਖ ਵੱਖ ਇਲਾਕਿਆਂ ਦੇ ਵਿੱਚ ਜਾ ਕੇ ਚੋਰੀ ਦੇ ਮੋਬਾਈਲਾਂ ਨੂੰ ਅੰਜਾਮ ਦਿੰਦੇ ਸਨ, ਇਸ ਦੇ ਨਾਲ ਹੀ ਕੈਸ਼ ਜਵੈਲਰੀ ਵੀ ਉੱਥੋਂ ਚੋਰੀ ਕਰ ਲੈਂਦੇ ਸਨ। ਤਾਂ ਹੁਣ ਜਲਦੀ ਇਹਨਾਂ ਦੀ ਜਿਹੜੀ ਪੁੱਛਗਿੱਛ ਕੀਤੀ ਜਾਏਗੀ ਅਤੇ ਕਿਸ ਨੂੰ ਵੇਚਦੇ ਸਨ, ਕਿੱਥੋਂ ਹੋਰ ਇਹਨਾਂ ਦੇ ਨਾਲ ਕਿੰਨੇ ਮੈਂਬਰ ਨੇ, ਇਹ ਜੇ ਜਾਂਚ ਦਾ ਵਿਸ਼ਾ ਹੈ। ਕੈਮਰਾ ਪਰਸਨ ਦੇ ਨਾਲ ਵਿਸ਼ਾਲ ਮਿਸ਼ਰਾ, ਹੋਟ ਨਿਊਜ਼ ਇੰਡੀਆ, ਅੰਮ੍ਰਿਤਸਰ।